ਪਰਲ ਵਿੱਚ ਫਾਈਲ ਹੈਂਡਲਿੰਗ ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਾਂਗੇ ਕਿ ਰੀਡ ਮੋਡ ਵਿੱਚ ਫਾਈਲ ਕਿਵੇਂ ਖੋਲ੍ਹਦੇ ਹਨ, ਫਾਈਲ ਕਿਵੇਂ ਲਿਖਦੇ ਹਨ, ਅਪੈਂਡ ਮੋਡ ਵਿੱਚ ਫਾਈਲ ਕਿਵੇਂ ਖੋਲ੍ਹਦੇ ਹਨ, ਫਾਈਲ ਹੈਂਡਲ ਕਿਵੇਂ ਬੰਦ ਕਰਦੇ ਹਨ। ਇਸ ਟਿਊਟੋਰੀਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੂ ਲਿਨਕਸ 12.04 ਓਪਰੇਟਿੰਗ ਸਿਸਟਮ, ਪਰਲ 5.14.2 ਅਤੇ ਜੀ ਐਡਿਟ ਟੈਕਸਟ ਐਡੀਟਰ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਵਰਤੋਂ ਕਰ ਸਕਦੇ ਹੋ। ਇਸ ਟਿਊਟੋਰੀਅਲ ਦਾ ਪਾਲਣ ਕਰਨ ਲਈ ਤੁਹਾਨੂੰ ਪਰਲ ਪ੍ਰੋਗਰਾਮਿੰਗ ਦਾ ਕਾਰਜਕਾਰੀ ਗਿਆਨ ਹੋਣਾ ਚਾਹੀਦਾ ਹੈ। ਜੇਕਰ ਨਹੀਂ ਤਾਂ ਸੰਬੰਧਿਤ ਪਰਲ ਸਪੋਕਨ ਟਿਊਟੋਰੀਅਲਸ ਲਈ ਸਪੋਕਨ ਟਿਊਟੋਰੀਅਲਸ ਵੈਬਸਾਈਟ ਉੱਤੇ ਜਾਓ। ਬੁਨਿਆਦੀ ਓਪਰੇਸ਼ਨਸ ਜੋ ਅਸੀਂ ਪਰਲ ਵਿੱਚ ਫਾਈਲਸ ਦੇ ਨਾਲ ਕਰ ਸਕਦੇ ਹਾਂ ਉਹ ਇਸ ਪ੍ਰਕਾਰ ਹਨ: ਫਾਈਲ ਖੋਲ੍ਹਣਾ, ਫਾਈਲ ਵਿੱਚੋਂ ਪੜ੍ਹਨਾ, ਫਾਈਲ ਉੱਤੇ ਲਿਖਣਾ ਅਤੇ ਫਾਈਲ ਬੰਦ ਕਰਨਾ। ਡਿਫਾਲਟ ਫਾਈਲ ਹੈਂਡਲਸ ਇਸ ਪ੍ਰਕਾਰ ਹਨ: stdin, stdout, sterr। ਇਹ ਓਪਨ ਫੰਕਸ਼ਨ ਲਈ ਸਿੰਟੈਕਸ ਹੈ। ਸਿੰਟੈਕਸ ਵਿੱਚ ਫਾਈਲ ਹੈਂਡਲ ਉਹ ਫਾਈਲ ਹੈਂਡਲ ਹੈ ਜੋ ਓਪਨ ਫੰਕਸ਼ਨ ਵਿੱਚ ਰਿਟਰਨ ਕੀਤਾ ਜਾਂਦਾ ਹੈ। ਮੋਡ ਫਾਈਲ ਨੂੰ ਖੋਲ੍ਹਣ ਦੇ ਮੋਡ ਜਿਵੇਂ ਰੀਡ, ਰਾਈਟ ਆਦਿ ਦਿਖਾਉਂਦਾ ਹੈ। expr ਉਹ ਫਿਜ਼ੀਕਲ ਫਾਈਲ ਨੇਮ ਹੈ ਜੋ ਰੀਡ ਜਾਂ ਰਾਈਟ ਕਰਨ ਵਿੱਚ ਵਰਤੋਂ ਹੁੰਦਾ ਹੈ। ਇਸ ਹਾਲਤ ਵਿੱਚ first.txt ਫਾਈਲ ਦਾ ਨਾਮ ਹੈ। ਇੱਥੇ ਦਿਖਾਏ ਹੋਏ ਦੀ ਤਰ੍ਹਾਂ ਓਪਨ ਫੰਕਸ਼ਨ ਨੂੰ ਲਿਖਣ ਦਾ ਇੱਕ ਹੋਰ ਤਰੀਕਾ ਹੈ। ਹੁਣ ਸਮਝਦੇ ਹਾਂ ਕਿ ਇੱਕ ਮੌਜੂਦਾ ਫਾਈਲ ਕਿਵੇਂ ਖੋਲ੍ਹਦੇ ਹਾਂ ਅਤੇ ਇਸ ਤੋਂ ਡਾਟਾ ਕਿਵੇਂ ਪੜ੍ਹਦੇ ਹਾਂ। ਪਹਿਲਾਂ ਅਸੀਂ ਇੱਕ ਟੈਕਸਟ ਫਾਈਲ ਬਣਾਵਾਂਗੇ ਅਤੇ ਇਸ ਵਿੱਚ ਕੁਝ ਡਾਟਾ ਸਟੋਰ ਕਰਾਂਗੇ। ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ gedit first.txt ਅਤੇ ਐਂਟਰ ਦਬਾਓ। first.txt ਫਾਈਲ ਵਿੱਚ ਹੇਠਾਂ ਦਿੱਤਾ ਟੈਕਸਟ ਟਾਈਪ ਕਰੋ, ਫਾਈਲ ਸੇਵ ਕਰੋ ਅਤੇ gedit ਬੰਦ ਕਰੋ। ਹੁਣ ਅਸੀਂ ਇੱਕ ਪਰਲ ਪ੍ਰੋਗਰਾਮ ਵੇਖਾਂਗੇ ਜੋ first.txt ਫਾਈਲ ਖੋਲ੍ਹਦਾ ਹੈ ਅਤੇ ਵਿਸ਼ਾ ਵਸਤੂ ਪੜ੍ਹਦਾ ਹੈ। ਹੁਣ ਮੈਂ openfile.pl ਸੈਂਪਲ ਪ੍ਰੋਗਰਾਮ ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕੀਤਾ ਹੈ। ਟਾਈਪ ਕਰੋ gedit openfile.pl ampersand ਅਤੇ ਐਂਟਰ ਦਬਾਓ। openfile.pl ਫਾਈਲ ਵਿੱਚ ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ। ਹੁਣ ਕੋਡ ਸਮਝਦੇ ਹਾਂ। ਓਪਨ ਫੰਕਸ਼ਨ ਪੜ੍ਹਨ ਲਈ ਇੱਕ ਫਾਈਲ ਖੋਲ੍ਹਦਾ ਹੈ। ਪਹਿਲਾ ਪੈਰਾਮੀਟਰ ਡਾਟਾ ਉਹ ਫਾਈਲ ਹੈਂਡਲ ਹੈ ਜੋ ਪਰਲ ਨੂੰ ਭਵਿੱਖ ਵਿੱਚ ਫਾਈਲ ਨੂੰ ਦੇਖਣ ਦੀ ਆਗਿਆ ਦਿੰਦਾ ਹੈ। ਦੂਜਾ ਪੈਰਾਮੀਟਰ ਲੈਸ ਦੈਨ ਸਿੰਬਲ ਰੀਡ ਮੋਡ ਨੂੰ ਦਰਸਾਉਂਦਾ ਹੈ। ਜੇਕਰ ਮੋਡ ਨਿਰਧਾਰਿਤ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਡਿਫਾਲਟ ਰੂਪ ਵਜੋਂ ਫਾਈਲ ਰੀਡ ਮੋਡ ਵਿੱਚ ਖੋਲ੍ਹੀ ਜਾਵੇਗੀ। ਤੀਜਾ ਪੈਰਾਮੀਟਰ first.txt ਉਸ ਫਾਈਲ ਦਾ ਨਾਮ ਹੈ ਜਿੱਥੋਂ ਡਾਟਾ ਪੜ੍ਹਿਆ ਜਾਣਾ ਹੈ। ਕੀ ਹੋਵੇਗਾ ਜੇਕਰ first.txt ਫਾਈਲ ਮੌਜੂਦ ਨਹੀਂ ਹੈ? ਸਕ੍ਰਿਪਟ ਉਚਿਤ ਐਰਰ ਮੈਸੇਜ ਦੇ ਨਾਲ ਖਤਮ ਹੋ ਜਾਵੇਗੀ ਜੋ ਡਾਲਰ ਐਕਸਕਲਾਮੇਸ਼ਨ ਵੇਰੀਏਬਲ ਵਿੱਚ ਸਟੋਰ ਕੀਤਾ ਹੋਇਆ ਹੈ। ਵਾਈਲ ਲੂਪ ਲਾਈਨ ਦਰ ਲਾਈਨ ਪੜੇਗੀ ਅਤੇ ਜਦੋਂ ਤੱਕ ਸਾਰੀ ਫਾਈਲ ਨਹੀਂ ਪੜ ਲਈ ਜਾਂਦੀ ਉਦੋਂ ਤੱਕ ਡਾਟਾ ਫਾਈਲ ਨੂੰ ਲੂਪ ਕਰੇਗਾ। ਪ੍ਰਿੰਟ ਡਾਲਰ ਅੰਡਰਸਕੋਰ ਵੇਰੀਏਬਲ ਮੌਜੂਦਾ ਲਾਈਨ ਦੀ ਵਿਸ਼ਾ ਸਮੱਗਰੀ ਨੂੰ ਪ੍ਰਿੰਟ ਕਰੇਗਾ। ਅਖੀਰ ਵਿੱਚ ਫਾਈਲ ਹੈਂਡਲ ਨਾਮ ਦੇ ਨਾਲ ਫਾਈਲ ਨੂੰ ਬੰਦ ਕਰੋ ਜੋ ਅਸੀਂ ਓਪਨ ਸਟੇਟਮੈਂਟ ਵਿੱਚ ਦਿੱਤਾ ਸੀ। ਫਾਈਲ ਨੂੰ ਬੰਦ ਕਰਨਾ ਕੰਟੈਂਟ ਦੇ ਓਵਰਰਾਈਟ ਹੋਣ ਜਾਂ ਬਿਨਾਂ ਕਾਰਨੋਂ ਫਾਈਲ ਦੇ ਕਿਸੇ ਵੀ ਬਦਲਾਵਾਂ ਤੋਂ ਬਚਾਉਂਦਾ ਹੈ। ਹੁਣ ਫਾਈਲ ਨੂੰ ਸੇਵ ਕਰਨ ਲਈ ਕੰਟਰੋਲ ਐਸ ਦਬਾਓ। ਹੁਣ ਪ੍ਰੋਗਰਾਮ ਨੂੰ ਚਲਾਓ। ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ ਪਰਲ openfile.pl ਅਤੇ ਐਂਟਰ ਦਬਾਓ। ਦਿਖਾਏ ਹੋਏ ਦੀ ਤਰ੍ਹਾਂ ਆਉਟਪੁੱਟ ਦਿਸਦਾ ਹੈ। ਇਹ ਉਹੀ ਕੰਟੈਂਟ ਹੈ ਜੋ ਅਸੀਂ ਪਹਿਲਾਂ first.txt ਫਾਈਲ ਵਿੱਚ ਵੇਖਿਆ। ਅੱਗੇ ਅਸੀਂ ਵੇਖਾਂਗੇ ਕਿ ਫਾਈਲ ਵਿੱਚ ਡਾਟਾ ਕਿਵੇਂ ਲਿਖਿਆ ਜਾਂਦਾ ਹੈ। ਗ੍ਰੇਟਰ ਦੈਨ ਸਿੰਬਲ ਦੇ ਨਾਲ ਓਪਨ ਸਟੇਟਮੈਂਟ ਰਾਈਟ ਮੋਡ ਨੂੰ ਪ੍ਰਭਾਸ਼ਿਤ ਕਰਦਾ ਹੈ। ਫਾਈਲ ਨੇਮ ਉਸ ਫਾਈਲ ਦੇ ਨਾਮ ਨੂੰ ਦਿਖਾਉਂਦਾ ਹੈ ਜਿੱਥੇ ਡਾਟਾ ਲਿਖਿਆ ਜਾਣਾ ਹੈ। ਹੁਣ ਮੈਂ ਸੈਂਪਲ ਪ੍ਰੋਗਰਾਮ writefile.pl ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕੀਤਾ ਹੈ। ਟਰਮੀਨਲ ਉੱਤੇ ਜਾਓ। ਹੁਣ ਟਾਈਪ ਕਰੋ gedit writefile.pl ampersand ਅਤੇ ਐਂਟਰ ਦਬਾਓ। writefile.pl ਫਾਈਲ ਵਿੱਚ ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤੇ ਕੋਡ ਨੂੰ ਟਾਈਪ ਕਰੋ। ਹੁਣ ਮੈਂ ਕੋਡ ਬਾਰੇ ਸਮਝਾਉਂਦਾ ਹਾਂ। ਓਪਨ ਫੰਕਸ਼ਨ second.txt ਫਾਈਲ ਨੂੰ ਰਾਈਟ ਮੋਡ ਵਿੱਚ ਖੋਲ੍ਹਦਾ ਹੈ। ਫਾਈਲ ਨੇਮ ਤੋਂ ਪਹਿਲਾਂ ਗ੍ਰੇਟਰ ਦੈਨ ਸਿੰਬਲ ਰਾਈਟ ਮੋਡ ਨੂੰ ਦਿਖਾਉਂਦਾ ਹੈ। ਪਹਿਲਾ ਪੈਰਾਮੀਟਰ file1 ਫਾਈਲ ਹੈਂਡਲ ਹੈ। ਪ੍ਰਿੰਟ ਫੰਕਸ਼ਨ ਦਿੱਤੇ ਗਏ ਟੈਕਸਟ ਨੂੰ ਫਾਈਲ ਹੈਂਡਲ ਯਾਨੀ file1 ਵਿੱਚ ਪ੍ਰਿੰਟ ਕਰਦਾ ਹੈ।
ਹੁਣ ਫਾਈਲ ਸੇਵ ਕਰਨ ਲਈ ਕੰਟਰੋਲ ਐਸ ਦਬਾਓ। ਹੁਣ ਪ੍ਰੋਗਰਾਮ ਨੂੰ ਚਲਾਓ। ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ ਪਰਲ ਰਾਈਟ ਫਾਈਲ ਡੋਟ ਪੀ ਐਲ ਅਤੇ ਐਂਟਰ ਦਬਾਓ। ਹੁਣ ਜਾਂਚਦੇ ਹਾਂ ਕਿ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਵਿੱਚ ਟੈਕਸਟ ਲਿਖਿਆ ਗਿਆ ਹੈ ਜਾਂ ਨਹੀਂ। ਟਾਈਪ ਕਰੋ ਜੀ ਐਡਿਟ ਸੈਕਿੰਡ ਡੋਟ ਟੀ ਐਕਸ ਟੀ ਅਤੇ ਐਂਟਰ ਦਬਾਓ। ਅਸੀਂ ਆਪਣੀ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਵਿੱਚ ਇਹ ਟੈਕਸਟ ਵੇਖ ਸਕਦੇ ਹਾਂ। ਵਰਕਿੰਗ ਵਿਦ ਫਾਈਲਸ ਮੇਕਸ ਡਾਟਾ ਸਟੋਰੇਜ ਐਂਡ ਰਿਟਰੀਵਲ ਏ ਸਿੰਪਲ ਟਾਸਕ। ਹੁਣ ਅਸੀਂ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਬੰਦ ਕਰਦੇ ਹਾਂ। ਕੀ ਹੋਵੇਗਾ ਜੇਕਰ ਅਸੀਂ ਰਾਈਟ ਮੋਡ ਵਿੱਚ ਸਮਾਨ ਫਾਈਲ ਦੁਬਾਰਾ ਖੋਲਦੇ ਹਾਂ? ਉਸਨੂੰ ਵੇਖਦੇ ਹਾਂ। ਰਾਈਟ ਫਾਈਲ ਡੋਟ ਪੀ ਐਲ ਵਿੱਚ ਪਿਛਲੇ ਪ੍ਰਿੰਟ ਸਟੇਟਮੈਂਟ ਨੂੰ ਕਮੈਂਟ ਕਰੋ। ਹੇਠਾਂ ਵਾਲੇ ਪ੍ਰਿੰਟ ਕਮਾਂਡ ਨੂੰ ਜੋੜੋ। ਹੁਣ ਫਾਈਲ ਨੂੰ ਸੇਵ ਕਰਨ ਲਈ ਕੰਟਰੋਲ ਐਸ ਦਬਾਓ। ਹੁਣ ਪ੍ਰੋਗਰਾਮ ਨੂੰ ਚਲਾਓ। ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ ਪਰਲ ਰਾਈਟ ਫਾਈਲ ਡੋਟ ਪੀ ਐਲ ਅਤੇ ਐਂਟਰ ਦਬਾਓ। ਹੁਣ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਨੂੰ ਦੁਬਾਰਾ ਜਾਂਚੋ। ਟਾਈਪ ਕਰੋ ਜੀ ਐਡਿਟ ਸੈਕਿੰਡ ਡੋਟ ਟੀ ਐਕਸ ਟੀ ਅਤੇ ਐਂਟਰ ਦਬਾਓ। ਅਸੀਂ ਆਉਟਪੁੱਟ ਗ੍ਰੇਟਰ ਦੈਨ ਸਿੰਬਲ ਓਵਰ ਰਾਈਟਸ ਦਾ ਕੰਟੈਂਟ ਆਫ ਦਾ ਫਾਈਲ ਵੇਖ ਸਕਦੇ ਹਾਂ। ਸੈਕਿੰਡ ਡੋਟ ਟੀ ਐਕਸ ਟੀ ਫਾਈਲ ਦੇ ਪਿਛਲੇ ਕੰਟੈਂਟਸ ਓਵਰ ਰਾਈਟ ਕੀਤੇ ਜਾ ਚੁੱਕੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਰਾਈਟ ਮੋਡ ਵਿੱਚ ਦੁਬਾਰਾ ਫਾਈਲ ਖੋਲ੍ਹੀ ਸੀ। ਹੁਣ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਬੰਦ ਕਰੋ। ਅੱਗੇ ਅਸੀਂ ਵੇਖਾਂਗੇ ਕਿ ਮੌਜੂਦਾ ਫਾਈਲ ਵਿੱਚ ਡਾਟਾ ਨੂੰ ਕਿਵੇਂ ਜੋੜਦੇ ਹਨ। ਦੋ ਗ੍ਰੇਟਰ ਦੈਨ ਸਿੰਬਲਸ ਦੇ ਨਾਲ ਓਪਨ ਸਟੇਟਮੈਂਟ ਅਪੈਂਡ ਮੋਡ ਨੂੰ ਦਿਖਾਉਂਦਾ ਹੈ। ਹੁਣ ਮੈਂ ਜੀ ਐਡਿਟ ਵਿੱਚ ਦੁਬਾਰਾ ਰਾਈਟ ਫਾਈਲ ਡੋਟ ਪੀ ਐਲ ਖੋਲ੍ਹਾਂਗਾ। ਓਪਨ ਸਟੇਟਮੈਂਟ ਵਿੱਚ ਦੋ ਗ੍ਰੇਟਰ ਦੈਨ ਸਿੰਬਲਸ ਟਾਈਪ ਕਰੋ। ਇਹ ਦਿਖਾਵੇਗਾ ਕਿ ਫਾਈਲ ਅਪੈਂਡ ਮੋਡ ਵਿੱਚ ਹੈ। ਪਿਛਲੇ ਪ੍ਰਿੰਟ ਸਟੇਟਮੈਂਟ ਨੂੰ ਕਮੈਂਟ ਕਰੋ ਜਿਵੇਂ ਕਿ ਇਹ ਪਹਿਲਾਂ ਚੱਲ ਗਿਆ ਹੈ। ਮੌਜੂਦਾ ਡਾਟਾ ਨੂੰ ਜੋੜਨ ਲਈ ਇੱਕ ਲਾਈਨ ਜੋੜੋ ਪ੍ਰਿੰਟ ਫਾਈਲ 1 ਡਬਲ ਕੋਟਸ ਵਿੱਚ 2 ਗ੍ਰੇਟਰ ਦੈਨ ਸਿੰਬਲਸ ਓਪਨਸ ਦਾ ਫਾਈਲ ਇਨ ਅਪੈਂਡ ਮੋਡ। ਹੁਣ ਫਾਈਲ ਨੂੰ ਸੇਵ ਕਰਨ ਲਈ ਕੰਟਰੋਲ ਐਸ ਦਬਾਓ। ਹੁਣ ਪ੍ਰੋਗਰਾਮ ਨੂੰ ਚਲਾਓ। ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ ਪਰਲ ਰਾਈਟ ਫਾਈਲ ਡੋਟ ਪੀ ਐਲ ਅਤੇ ਐਂਟਰ ਦਬਾਓ। ਹੁਣ ਜਾਂਚਦੇ ਹਾਂ ਕਿ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਉੱਤੇ ਟੈਕਸਟ ਜੋੜਿਆ ਗਿਆ ਹੈ ਜਾਂ ਨਹੀਂ। ਟਾਈਪ ਕਰੋ ਜੀ ਐਡਿਟ ਸੈਕਿੰਡ ਡੋਟ ਟੀ ਐਕਸ ਟੀ ਅਤੇ ਐਂਟਰ ਦਬਾਓ। ਅਸੀਂ ਵੇਖ ਸਕਦੇ ਹਾਂ ਕਿ ਟੈਕਸਟ ਸਾਡੀ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਵਿੱਚ ਜੋੜ ਦਿੱਤਾ ਗਿਆ ਹੈ। ਹੁਣ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਨੂੰ ਬੰਦ ਕਰਦੇ ਹਾਂ। ਉਸੇ ਪ੍ਰਕਾਰ ਹੋਰ ਮੋਡਸ ਵੀ ਹਨ। ਆਪਣੇ ਆਪ ਇਨ੍ਹਾਂ ਵਿਕਲਪਾਂ ਦੀ ਕੋਸ਼ਿਸ਼ ਕਰੋ ਅਤੇ ਸਮਝੋ ਕਿ ਕੀ ਹੁੰਦਾ ਹੈ। ਅਸੀਂ ਇਸ ਟਿਊਟੋਰੀਅਲ ਦੇ ਅੰਤ ਵਿੱਚ ਆ ਗਏ ਹਾਂ। ਇਸ ਦਾ ਸਾਰ ਕਰਦੇ ਹਾਂ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ ਰੀਡ ਮੋਡ ਵਿੱਚ ਇੱਕ ਫਾਈਲ ਖੋਲ੍ਹਣਾ, ਫਾਈਲ ਉੱਤੇ ਲਿਖਣਾ, ਅਪੈਂਡ ਮੋਡ ਵਿੱਚ ਇੱਕ ਫਾਈਲ ਖੋਲ੍ਹਣਾ ਅਤੇ ਫਾਈਲ ਹੈਂਡਲ ਬੰਦ ਕਰਨਾ। ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। ਰਾਈਟ ਫਾਈਲ ਡੋਟ ਪੀ ਐਲ ਪ੍ਰੋਗਰਾਮ ਵਿੱਚ ਫਾਈਲ ਐਟਰੀਬਿਊਟ ਨੂੰ ਪਲੱਸ ਗ੍ਰੇਟਰ ਦੈਨ ਸਿੰਬਲ ਵਿੱਚ ਬਦਲੋ। ਪ੍ਰੋਗਰਾਮ ਨੂੰ ਸੇਵ ਕਰੋ ਅਤੇ ਚਲਾਓ। ਆਉਟਪੁੱਟ ਦੇਖਣ ਲਈ ਸੈਕਿੰਡ ਡੋਟ ਟੀ ਐਕਸ ਟੀ ਫਾਈਲ ਖੋਲ੍ਹੋ। ਫਾਈਲ ਐਟਰੀਬਿਊਟ ਪਲੱਸ ਗ੍ਰੇਟਰ ਦੈਨ ਸਿੰਬਲ ਦੀ ਵਰਤੋਂ ਦਾ ਵਿਸ਼ਲੇਸ਼ਣ ਕਰੋ। ਹੇਠਾਂ ਦਿੱਤੇ ਲਿੰਕ ਉੱਤੇ ਉਪਲਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸ ਨੂੰ ਡਾਊਨਲੋਡ ਕਰੋ ਅਤੇ ਵੇਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰੀਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ ਸਾਨੂੰ ਲਿਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਫੰਡ ਕੀਤਾ ਗਿਆ ਹੈ। ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲਬਧ ਹੈ। IIT ਬੰਬੇ ਤੋਂ ਮੈਂ ਅਮਰਜੀਤ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।